ਪਤਾ ਨਹੀਂ ਲੱਗਿਆ ਸਾਨੂੰ ਅੱਜ ਤੱਕ ਕੀ ਹੋਇਆ ਵੀ ਜਿਹੜਾ ਮੁੰਡਾ ਨਾਲ ਸੀ ਉਹਨੂੰ ਪੁੱਛਿਆ ਵੀ ਇੱਕ ਵਾਰੀ ਆ ਕੇ ਦੱਸ ਦੇ ਕੀ ਹੋਇਆ, ਪਰ ਉਹ ਆਇਆ ਨਹੀਂ। ਹੋਇਆ ਕਿੱਦਾਂ ਸੀਗਾ ਉਹ ਹਾਦਸਾ? ਕਿਉਂਕਿ ਜੋ ਉਹਨਾਂ ਦੇ ਚਾਹੁਣ ਵਾਲੇ ਨੇ, ਕੁਝ ਨੇ ਤਾਂ ਅਖਬਾਰਾਂ 'ਚ ਪੜ੍ਹਿਆ ਜਾਂ ਖਬਰਾਂ 'ਚ ਆਇਆ ਸੀਗਾ ਐਕਸੀਡੈਂਟ ਹੋਏ, ਬਟ ਕਲੀਅਰ ਨਹੀਂ ਕਈ ਲੋਕਾਂ ਨੂੰ ਹੈਗਾ ਕਿ ਕਿਸ ਤਰ੍ਹਾਂ ਹੋਈ ਸੀਗਾ ਘਟਨਾ। ਲੁਧਿਆਣੇ ਤੋਂ ਆ ਰਹੇ ਸੀ ਸ਼ੋਅ ਲਾ ਕੇ, ਜਿੱਦਾਂ ਬੰਗਾ ਰੋਡ 'ਤੇ, ਜਿੱਦਾਂ ਫਰਾਲਾ ਤੋਂ ਫਗਵਾੜਾ ਰੋਡ ਲਿੰਕ ਰੋਡ ਹੈ, ਅਤੇ ਮੁੰਡਾ ਸੀ ਉੱਥੇ ਦਾ ਨਾਲ ਇਹਨਾਂ ਦੇ ਜਾਂਦਾ ਹਮੇਸ਼ਾ, ਘਰ ਵੀ ਸਾਡੇ ਰਹਿੰਦਾ ਸੀ ਉਹ, ਪਹਿਲਾਂ 2-3 ਸਾਲ ਰਿਹਾ ਸਾਡੇ ਕੋਲ, ਫਿਰ ਕਈ ਵਾਰੀ ਆਪਣੇ ਉਹ ਘਰ ਚਲ ਜਾਂਦਾ ਸੀ। ਮੁੰਨੇ ਪਿੰਡ ਦਾ ਮੁੰਡਾ ਸੀ ਨਾਲ, ਉਹਨੂੰ ਜਿੱਦਾਂ ਉਹ ਵੀ ਨਾਲ ਹੀ ਸੀਗਾ, ਉਹਦੇ ਪਿੰਡ 'ਚ ਉਹਨੂੰ ਉਤਾਰ ਕੇ ਆਉਂਦੇ ਹੁੰਦੇ, ਉਹਨੂੰ ਉਤਾਰ ਕੇ ਪਹਿਲਾਂ ਆ ਗਏ, ਫਿਰ ਉਹਨੇ ਦੁਬਾਰਾ ਲੈਣ ਚਲ ਗਏ, ਅਤੇ ਉਹ ਮੁੰਡਾ ਵੀ ਨਾਲ ਹੀ ਬੈਠਾ ਸੀ ਅਤੇ ਗੱਡੀ ਡਰਾਈਵ ਕਰਦੇ ਸੀ, ਡਰਾਈਵਰ ਪਿੰਡ ਛੱਡ ਦਿੱਤਾ ਸੀ ਨਹੀਂ ਪਹਿਲਾਂ। ਹਾਂਜੀ, ਅਤੇ ਗੱਡੀ ਪਤਾ ਨਹੀਂ ਲੱਗਿਆ ਸਾਨੂੰ ਅੱਜ ਤੱਕ ਕੀ ਹੋਇਆ ਵੀ ਜਿਹੜਾ ਮੁੰਡਾ ਨਾਲ ਸੀ ਉਹਨੂੰ ਪੁੱਛਿਆ ਵੀ ਇੱਕ ਵਾਰੀ ਆ ਕੇ ਦੱਸ ਦੇ ਕੀ ਹੋਇਆ, ਪਰ ਉਹ ਆਇਆ ਨਹੀਂ। ਉਹ ਸ਼ਖਸ ਬਚ ਗਿਆ ਸੀਗਾ? ਹਾਂਜੀ।